ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ, ਨਾਲ ਹੀ ਪੁਲਿਸ ਵੀ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ। ਕਦੀ ਫਲੈਗ ਮਾਰਚ ਕੱਢੇ ਜਾ ਰਹੇ ਹਨ ਅਤੇ ਅੱਜ ਹੁਸ਼ਿਆਰਪੁਰ ਦੇ SSP ਸੁਰਿੰਦਰ ਲਾਂਬਾ ਵੱਲੋਂ ਬੱਸ ਸਟੈਂਡ ਦੇ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ ਹੈ। ਸਾਡੇ ਨਾਲ ਮੌਜੂਦ SSP ਸੁਰਿੰਦਰ ਲਾਂਬਾ ਗੱਲ ਕਰਾਂਗੇ। ਸਰ, ਇੱਕ ਅਚਨਚੇਤ ਚੈਕਿੰਗ ਦਾ ਪਲਾਨ ਕੀਤਾ ਗਿਆ ਹੈ ਪੂਰੇ ਸ਼ਹਿਰ ਹੁਸ਼ਿਆਰਪੁਰ ਸ਼ਹਿਰ ਦੀ ਪੁਲਿਸ ਦੇ ਨਾਲ ਇਹ ਚੈਕਿੰਗ ਕੀਤੀ ਗਈ ਹੈ, ਕੀ ਸੋਚ ਹੈ? ਜੀ ਦੇਖੋ, ਰੈਂਡਮ ਸਰਪ੍ਰਾਈਜ਼ ਚੈਕਿੰਗ ਜਿਹੜੀ ਹੈਗੀ ਉਹ ਅਸੀਂ ਕਰ ਰਹੇ ਹਾਂ ਬੱਸ ਸਟੈਂਡ ਦੀ ਅਤੇ ਰੇਲਵੇ ਸਟੇਸ਼ਨ ਦੀ ਵੀ ਕਰਾਂਗੇ। ਉੱਥੇ ਚੱਲ ਰਹੀ ਹੈ ਕਿ ਸਾਡੀ ਟੀਮ ਕਰ ਰਹੀ ਹੈਗੀ ਅਤੇ ਅਸੀਂ ਵੀ ਜਾਵਾਂਗੇ ਉੱਧਰ। ਆ ਇੱਕ ਆਪਣਾ ਸਟੇਟ ਕੋਆਰਡੀਨੇਟਡ ਓਪਰੇਸ਼ਨ ਹੈਗਾ ਜਿਹੜਾ ਮਾਨਯੋਗ DGP ਸਾਹਿਬ ਅਤੇ ਸਪੈਸ਼ਲ DG ਲੋਅ ਐਂਡ ਆਰਡਰ ਦੀ ਡਾਇਰੈਕਸ਼ਨਸ 'ਤੇ ਸਟੇਟ ਵਾਈਡ ਇੱਕ ਕੋਆਰਡੀਨੇਟਡ ਤਰੀਕੇ ਨਾਲ ਚੱਲ ਰਿਹਾ ਹੈਗਾ। ਹੁਸ਼ਿਆਰਪੁਰ 'ਚ ਅਸੀਂ ਜਿਹੜਾ ਹੈਗਾ ਉਹ SP ਹੈੱਡਕੁਆਟਰ, SP PBI, DSP ਹੈੱਡਕੁਆਟਰ, DSP D ਅਤੇ ਸਾਰੇ SHO ਇੰਚਾਰਜ, PCR ਸਾਰਿਆਂ ਦੇ ਨਾਲ ਮਿਲ ਕੇ ਅਸੀਂ ਲਗਭਗ 100 ਤੋਂ ਜ਼ਿਆਦਾ ਮੁਲਾਜ਼ਮਾਂ ਦੇ ਨਾਲ ਆ ਇੱਥੇ ਸਰਚ ਓਪਰੇਸ਼ਨ ਕਰ ਰਹੇ ਹਾਂ, ਜਿਹਦੇ ਵਿੱਚ ਸ਼ੱਕੀ ਲੋਕਾਂ ਦੀ ਆਈਡੈਂਟੀਫਿਕੇਸ਼ਨ, ਉਹਨਾਂ ਦੀ ਚੈਕਿੰਗ, ਉਹਨਾਂ ਦੀ ਵੈਰੀਫਿਕੇਸ਼ਨ, ਸ਼ੱਕੀ ਗੱਡੀਆਂ ਦੀ ਚੈਕਿੰਗ, ਉਹਨਾਂ ਦੀ ਵੈਰੀਫਿਕੇਸ਼ਨ, ਉਹਨਾਂ ਦੀ ਆਈਡੈਂਟੀਫਿਕੇਸ਼ਨ, ਐਟ ਦੀ ਸੇਮ ਟਾਈਮ ਕ੍ਰਾਈਮ ਅਤੇ ਕ੍ਰਿਮੀਨਲ ਨੂੰ ਕਰਵ ਕਰਨ ਵਾਸਤੇ, ਉਹਨੂੰ ਡੈਟਰੈਂਟ ਇਫੈਕਟ ਉੱਤੇ ਜਿਹੜਾ ਹੈਗਾ ਰਹੇ, ਉਹਦੇ ਵਾਸਤੇ ਜਿਹੜਾ ਹੈਗਾ ਅਸੀਂ ਆ ਸਰਚ ਓਪਰੇਸ਼ਨ ਚਲਾ ਰਹੇ ਹਾਂ। ਅਤੇ ਇਹਦੇ ਜਿਹੜੇ ਹੈਗੇ ਇੱਕ ਕੌਨਫੀਡੈਂਸ ਬਿਲਡਿੰਗ ਮੇਜਰ ਵੀ ਹੁੰਦਾ ਹੈਗਾ ਕਿ ਲੋਕਾਂ ਦੇ ਵਿੱਚ ਪੁਲਿਸ ਦੀ ਹਲਚਲ ਜਦੋਂ ਹੁੰਦੀ ਹੈਗੀ, ਲੋਕਾਂ ਨੂੰ ਲੱਗਦਾ ਹੈਗਾ ਯੈਸ ਪੁਲਿਸ ਪ੍ਰਜੈਂਟ ਵੀ ਹੈਗੀ, ਐਟ ਦੀ ਸੇਮ ਟਾਈਮ ਚੈੱਕ ਕਰ ਰਹੀ ਹੈਗੀ, ਕੰਮ ਕਰ ਰਹੀ ਹੈਗੀ, ਅਤੇ ਉਹਨੂੰ ਇੱਕ ਹੌਸਲਾ ਹੁੰਦਾ, ਕ੍ਰਿਮੀਨਲ ਬੰਦੇ ਨੂੰ ਡਰ ਹੁੰਦਾ ਉਸ ਚੀਜ਼ ਦਾ। ਸਰ, ਜੇਕਰ ਗੱਲ ਕਰੀਏ ਹੁਸ਼ਿਆਰਪੁਰ ਦੇ ਬੱਸ ਅੱਡੇ, ਤਾਂ ਹਜ਼ਾਰਾਂ ਲੱਖਾਂ ਦੀ ਤਾਦਾਦ 'ਚ ਰੋਜ਼ ਇੱਥੋਂ ਸੈਲਾਨੀ ਨਿਕਲਦੇ ਨੇ, ਔਰ ਜਿੱਥੇ ਕ੍ਰਾਈਮ ਗ੍ਰਾਫ ਵੱਧਦਾ ਨਜ਼ਰ ਆ ਰਿਹਾ ਉੱਥੇ CCTV ਵੀ ਇੱਕ ਅਹਿਮ ਰੋਲ ਅਦਾ ਕਰ ਰਿਹਾ ਪੁਲਿਸ ਲਈ। ਜਦੋਂ ਹੁਸ਼ਿਆਰਪੁਰ ਦੇ ਵਿੱਚ CCTV ਕੈਮਰੇ ਚੌਂਕਾਂ ਦੇ ਵਿੱਚ ਲਗਾਏ ਸੀ ਤਾਂ ਬੜੀ ਰਾਹਤ ਦੀ ਸਾਹ ਲਈ ਗਈ ਸੀ। ਇਹ ਗੱਲ ਕਹੀ ਗਈ ਸੀ ਵੀ ਇੱਕ ਤੀਜੀ ਨਜ਼ਰ ਦਾ ਪਹਿਰਾ ਪੁਲਿਸ ਦੇ ਨਾਲ ਹਮੇਸ਼ਾ ਰਹੇਗਾ। ਅੱਜ ਉਹ ਸਾਰੇ ਬੰਦ ਪਏ ਆ, ਬੱਸ ਅੱਡੇ ਦੇ ਵੀ ਗੱਲ ਕਰੀਏ ਤਾਂ ਕਿਤੇ CCTV ਨਜ਼ਰ ਨਹੀਂ ਆਉਂਦੇ। ਕਿਤੇ ਨਾ ਕਿਤੇ ਦਿੱਕਤ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਸਰ, ਜਿਹੜਾ ਕ੍ਰਾਈਮ ਗ੍ਰਾਫ ਆ ਵੱਧਦਾ ਜਾ ਰਿਹਾ ਉਹਦੇ ਵਿੱਚ? ਜੀ, ਤੁਹਾਡੀ ਬਹੁਤ ਇੰਪੋਰਟੈਂਟ ਗੱਲ ਹੈਗੀ ਕਿ CCTV ਇੱਕ ਤੀਜੀ ਨਜ਼ਰ ਜਿਹੜੀ ਹੈਗੀ ਆਪਾਂ ਨੂੰ ਜ਼ਰੂਰਤ ਹੈਗੀ। ਅੱਜ ਦੇ ਦਿਨ CCTV ਕੈਮਰਾ ਹਰ ਥਾਂ ਦੀ ਇੱਕ ਸਿਕਿਉਰਿਟੀ ਪੱਖੋਂ ਬਹੁਤ ਬੜੀ ਜ਼ਰੂਰਤ ਬਣ ਗਿਆ ਹੈਗਾ, ਕਿਉਂਕਿ ਪੁਲਿਸ ਦੀ ਆਪਣੀ ਇਨਵੈਸਟੀਗੇਸ਼ਨ ਦੀ ਲਿਮਿਟੇਸ਼ਨਸ ਹੁੰਦੀ ਹੈਗੀ। ਜੇਕਰ CCTV ਰਾਹੀਂ ਉਹਨੂੰ ਕੋਈ ਨਾ ਕੋਈ ਇਨਵੈਸਟੀਗੇਸ਼ਨ 'ਚ ਕਲਿਊ ਮਿਲ ਜਾਂਦਾ ਹੈਗਾ ਤਾਂ ਉਹ ਇਨਵੈਸਟੀਗੇਸ਼ਨ ਆਸਾਨ ਹੋ ਜਾਂਦੀ ਹੈਗੀ। ਐਟ ਦੀ ਸੇਮ ਟਾਈਮ ਬਹੁਤ ਸਾਰੇ ਕ੍ਰਿਮੀਨਲ ਜਿਹੜਾ ਹੈਗਾ ਉਹਨਾਂ ਨੂੰ ਡਿਟਰੈਂਟ ਇਫੈਕਟ ਜਿਹੜਾ ਹੈਗਾ ਉਹ ਉਹਦੇ ਵਾਸਤੇ ਹੁੰਦਾ ਹੈਗਾ CCTV ਦਾ। ਅਤੇ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਆਪਣੇ ਹੁਸ਼ਿਆਰਪੁਰ ਸ਼ਹਿਰ ਦੇ ਜਿਹੜੇ ਕੈਮਰੇ ਹੈਗੇ, ਉਹ ਜਿਹੜਾ ਮੇਰੇ ਧਿਆਨ 'ਚ ਪ੍ਰੋਜੈਕਟ ਆਇਆ ਹੈਗਾ ਕਿ ਜਿਹਦੇ ਵਿੱਚ ਕੁਛ ਪੇਮੈਂਟ ਕਰਕੇ ਜਿਹੜਾ ਹੈਗਾ ਪਿਛਲੀ ਪ੍ਰੀਵੀਅਸ ਪੇਮੈਂਟ ਕਰਕੇ ਪੈਂਡਿੰਗ ਹੈਗਾ, ਉਹਨੂੰ ਅਸੀਂ ਟੇਕਅਪ ਕਰ ਰਹੇ ਹਾਂ। ਅਤੇ ਟੇਕਅਪ ਅਸੀਂ ਇਸ ਤਰੀਕੇ ਨਾਲ ਕਰ ਰਹੇ ਹਾਂ ਕਿ ਹੁਣ ਪੇਮੈਂਟ ਦਾ ਜਿਹੜਾ ਹੈਗਾ ਚੱਕਰ ਨਾ ਰਹੇ, ਅਸੀਂ ਇੱਕ ਸਾਥ ਇਸ ਤਰੀਕੇ ਦਾ ਕੰਮ ਕਰੀਏ ਕਿ ਇਹ ਕੀ ਪੇਮੈਂਟ ਜਿਹੜੇ ਹੈਗੇ ਉਹ 3-4-5 ਸਾਲ ਤੱਕ ਉਹਨੂੰ ਫਿਰ ਦੁਬਾਰਾ ਕੋਈ ਰੀਕਰਿੰਗ ਉਹਦਾ ਇਫੈਕਟ ਜਾਂ ਕੋਸਟ ਨਾ ਪਏ। ਅਤੇ ਉਹਦੀ ਸਾਡੀ ਮੇਰੀ ਮੀਟਿੰਗ ਹੋਈ ਹੈਗੀ ਆਪਣੇ ਕਮਿਸ਼ਨਰ ਮਿਊਂਸੀਪਲ ਕਾਰਪੋਰੇਸ਼ਨ ਨਾਲ ਵੀ ਅਤੇ DC ਸਾਹਿਬ ਨਾਲ ਵੀ ਮੇਰਾ ਡਿਸਕਸ ਹੋਇਆ ਹੈਗਾ। ਮੈਨੂੰ ਉਮੀਦ ਹੈਗੀ ਇਸ ਮਹੀਨੇ 'ਚ ਜਿਹੜਾ ਹੈਗਾ ਨਵੇਂ ਸਾਲ 'ਚ ਆਪਾਂ ਉਹ ਸਾਰੇ ਕੈਮਰੇ ਆਪਣੇ ਚਲਾ ਲਾਂਗੇ। ਅਤੇ ਚਲਾ ਕੇ ਇੱਕ ਤਾਂ ਉਹ ਚੀਜ਼ ਰਾਹਤ ਹੋਏਗੀ, ਉਹਦਾ ਬੜਾ ਸਪੋਰਟ ਵੀ ਹੋਏਗਾ। ਦੂਸਰਾ ਜਿਹੜਾ ਇੱਥੇ ਮੈਂ ਚੈੱਕ ਕੀਤਾ ਹੈਗਾ, ਇੱਥੇ ਕੁਛ ਐਂਟਰੀ ਐਗਜਿਟ ਗੇਟਾਂ 'ਤੇ ਸਾਨੂੰ ਕੈਮਰਿਆਂ ਦੀ ਲੋੜ ਹੈਗੀ, ਉਹ ਮੈਂ ਹਿਦਾਇਤ ਕੀਤੀ ਹੈਗੀ PRTC ਦੇ ਨਾਲ ਟਾਈਅਪ ਕਰਕੇ ਉਹ ਕਰਾਵਾਂਗੇ। ਕੈਮਰੇ ਇਹਨਾਂ ਨੇ ਇੱਥੇ ਲਾਏ ਹੋਏ ਹੈਗੇ, ਜਿੱਦਾਂ ਤੁਸੀਂ ਦੇਖ ਸਕਦੇ ਹੋ ਉੱਥੇ ਇੱਕ ਕੈਮਰਾ ਲੱਗਿਆ ਹੋਇਆ ਹੈਗਾ, ਇੱਕ ਇੱਧਰ ਪਿੱਛੇ ਕੈਮਰਾ ਲੱਗਿਆ ਹੋਇਆ ਹੈਗਾ, ਹੋਰ ਵੀ ਥਾਵਾਂ 'ਤੇ। ਤੋ ਅੰਦਰ ਦੇ ਕੋਰੀਡੋਰ 'ਚ ਇਹਨਾਂ ਦੇ ਕੈਮਰੇ ਹੈਗੇ, ਬਟ ਬਾਹਰ ਦਾ ਜਿਹੜਾ ਏਰੀਆ ਹੈਗਾ ਉਹ ਵੀ ਅਸੀਂ ਚਾਹੁੰਦੇ ਹਾਂ ਕਿ ਕਵਰ ਹੋ ਜਾਏ। ਕਹਿ ਸਕਦੇ ਹਾਂ ਵੀ ਨਵੇਂ ਸਾਲ ਦੇ ਵਿੱਚ ਹੁਸ਼ਿਆਰਪੁਰ ਦੇ ਲੋਕਾਂ ਨੂੰ ਇੱਕ ਨਵਾਂ ਤੋਹਫਾ? ਜੀ ਜੀ, ਹੁਸ਼ਿਆਰਪੁਰ ਦੇ ਲੋਕਾਂ ਨੂੰ ਹੁਸ਼ਿਆਰਪੁਰ ਦਾ ਹੀ ਹੈਗਾ, ਉਹਨਾਂ ਲੋਕਾਂ ਦਾ ਹੀ ਹੈਗਾ ਸਿਸਟਮ ਸਾਰਾ ਜਿਹੜਾ ਹੈਗਾ, ਅਤੇ ਉਹਦੇ 'ਚ ਜ਼ਰੂਰ ਅਸੀਂ ਉਹਨੂੰ ਅਪਗ੍ਰੇਡ ਕਰਕੇ ਉਹਨੂੰ ਰੀਐਕਟੀਵੇਟ ਜ਼ਰੂਰ ਕਰ ਦਿਆਂਗੇ। ਸੋ ਇਹ ਸਨ SSP ਸੁਰਿੰਦਰ ਲਾਂਬਾ ਜੀ, ਇਹਨਾਂ ਨੇ ਕੀ ਇਹ ਗੱਲ ਕਹੀ ਹੈ ਕਿ ਇਹ ਜਿਹੜੀ ਅਚਨਚੇਤ ਚੈਕਿੰਗ ਹੈ ਇਹ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੀਤੀ ਗਈ ਹੈ ਔਰ ਨਿਰੰਤਰ ਕੀਤੀ ਜਾਏਗੀ। ਕੈਮਰਾ ਪਰਸਨ ਕੁਲਦੀਪ ਕੱਕੜ ਦੇ ਨਾਲ ਯੋਗੇਸ਼ ਕੁਮਾਰ, PTC ਨਿਊਜ਼, ਹੁਸ਼ਿਆਰਪੁਰ।